ਕਿੰਨੀਆਂ ਹੋ ਗਈਆਂ? 75 ਅੰਨਾ 75 ਸੀ ਹਨ ਗਣਿਓ ਬਟਾ 75 ਵਈ ਜਿਕਾ ਸੋਲੀ ਮਾਨੀ ਹੋ ਜਾ ਉਹ ਮਾਨ ਹਾਂ ਉਸ ਯੋਸਲ ਪਿੰਜ਼ਾ ਕਾ ਨਾ ਆਗਾ ਪਾਤਾ ਸ਼ੋ 175 ਨਾ 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 ਉਸ ਹੈਡਾ 171 ਸੀ ਹਨ ਖਾਲੀ ਮਾਨਾ 75 ਪਿੰਜ਼ਾ ਵੇ ਸ਼ੇ ਦੇ ਉਸ ਦਾ ਟੋਲ ਯੋਸਲ ਯੋਸਲ ਅਤੇ ਹੋਇ ਲੇ ਕੋ ਨਾ ਤਾ ਤਾ ਖਾਲੀ 75 ਹੋਇ और यो सल पिंजा देखा ना आगा उस पात शो रोटी के में पसंद ने सही ने सही 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 है मान्यू मेरे पकड़े हण जा माता है थमथे करे ਮਾਨੀ ਤੋਂ ਖਾਏ ਸਿਰਫ ਕੋਲ ਵਿਆਹ ਮਾਨੂ ਜੇ ਕਹਿੰਦਾ ਵਿੱਚ ਹੁੰਦਾ ਮਾਨੀ ਉਹ ਹੋਦਾ ਨਹੀਂ ਉਹ ਆਣੇ ਉੱਤੇ ਪੋਣਾ ਬੱਕਲਾ ਕਰਤ ਪਿੱਛੇ ਨਹੀਂ ਉਹਨਾਂ ਨੇ ਕਿ ਸੋਲੋ ਅਚਾਵਣ ਉਤੇ ਆ ਪੈਰੀ ਵਿੱਚ ਹੋ ਤੇ ਹੀ ਸਹੀ ਹੈ ਜਗਾ ਉਹ ਉਹਨਾਂ ਦੇ 6 ਹੋ ਗਏ ਇਹ 6 ਡਾਲ ਲੈਣਾ ਨਹੀਂ 25 25 ਦਾ ਸਹੀ ਕਰਦੇ 75 ਡਾਲੇ 25 ਡਾਲੇ ਜੇ 100 ਹੋ ਜਾਏ ਵੈਸੇ ਹੁਣ ਰੋਟੀ ਐਸੀ ਹੋ ਗਈ ਹਾਂ ਬੰਦਾ ਕੱਚੀ ਵੀ ਖਾ ਸਕਦਾ ਸੱਚੀ ਬਿਸਕੁਟ ਤਰ੍ਹਾਂ ਹਾਂ ਤਰੀਕਾ ਸਾਲਣ ਨਾ ਹੋ ਤੂੰ ਤੇਜ਼ ਲਿਓ ਕੱਚੀ ਖਾ ਜਾਂਗੇ ਖਾ ਗਏ ਨਾ ਮੂਰੀ ਖਾ ਗਏ ਹਾਂ ਉਹ ਜ਼ਮੂਨ ਕਿਸਾਨ ਦੇ ਕਹਿੰਦਾ ਦੇਖੋ ਆਸੇ ਪੂਰੇ ਕੋਈ ਜ਼ਰੂਰਤ ਨਹੀਂ ਤਾਂ ਸਾਲਣ ਵਾਲਾ